ਹੈਲੋ एवरीवन वेलकम बैक टू माय YouTube ਚੈਨਲ ਅੱਜ ਦਾ ਸੋ ਦਾ ਟੋਪਿਕ ਹੈਗਾ ਡਿਲੀਰੀਅਮ ਐਂਡ ਡਿਮੈਂਸ਼ੀਆ ਸੋ ਪਿਛਲੇ ਵੀਡੀਓਜ਼ ਦੇ ਵਿੱਚ ਆਪਾਂ ਡਿਲੀਰੀਅਮ ਵੀ ਡਿਟੇਲ ਦੇ ਵਿੱਚ ਕੀਤਾ ਸੀ ਐਂਡ ਡਿਮੈਂਸ਼ੀਆ ਵੀ ਸੋ ਜੇਕਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹਨਾਂ ਵੀਡੀਓਜ਼ ਦੀ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਚੈੱਕ ਆਊਟ ਕਰ ਲਿਆ ਜੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੈਲ ਆਈਕਨ ਨੂੰ ਪ੍ਰੈਸ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਸਕਿਪ ਨਾ ਕਰਿਓ ਜੀ ਠੀਕ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਤੁਹਾਨੂੰ ਹੋਰ ਕਿਸੇ ਵੀ ਟੌਪਿਕ ਦੇ ਉੱਪਰ ਨੋਟਸ ਚਾਹੀਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਜਰੂਰ ਪ੍ਰੋਵਾਈਡ ਕਰੂੰਗੀ ਕਿਸੇ ਵੀ ਸਬਜੈਕਟ ਦੇ ਸੋ ਨਾਓ ਸਭ ਤੋਂ ਪਹਿਲਾਂ ਦੇਖਦੇ ਹਾਂ ਡਿਲੀਰੀਅਮ ਡੈਫੀਨੇਸ਼ਨ ਇਟ ਇਜ਼ ਅ ਕੈਰੈਕਟਰਾਇਜ਼ਡ ਬਾਈ ਡਿਸਟਰਬੈਂਸ ਆਫ ਕੌਨਸ਼ੀਅਸਨੈਸ ਐਂਡ ਕੋਗਨੀਸ਼ਨ ਇਹ ਕੀ ਹੁੰਦਾ ਕੈਰੈਕਟਰਾਇਜ਼ਡ ਬਾਈ ਕਿਵੇਂ ਪਤਾ ਲੱਗਦਾ ਸਾਨੂੰ ਕਿ ਡਿਲੀਰੀਅਮ ਕੀ ਹੁੰਦਾ ਇਹਦੇ ਵਿੱਚ ਡਿਸਟਰਬੈਂਸ ਹੋ ਜਾਂਦੀ ਹੈ ਕੌਨਸ਼ੀਅਸਨੈਸ ਦੀ ਤੇ ਕੋਗਨੀਸ਼ਨ ਦੀ ਕੌਨਸ਼ੀਅਸਨੈਸ ਮਤਲਬ ਕਿ ਹੋਸ਼ੀੜੀ ਠੀਕ ਹੈ ਪਰਸਨ ਥੋੜੀ ਬੇਹੋਸ਼ੀ ਦੀ ਹਾਲਤ ਵਿੱਚ ਹੋ ਜਾਂਦਾ ਕੋਗਨੀਸ਼ਨ ਮਤਲਬ ਕਿ ਉਹਦੀ ਕਨਸੈਂਟਰੇਸ਼ਨ ਘਟ ਜਾਂਦੀ ਹੈ ਇਸ ਦੇ ਵਿੱਚ ਡਿਸਟਰਬੈਂਸ ਆ ਜਾਂਦੀ ਹੈ ਠੀਕ ਹੈ ਇਹ ਹੁੰਦਾ ਡੇਲੀਰੀਅਮ ਮਤਲਬ ਕਿ ਭਲੇਖੇ ਪੈਣੀ ਤੁੰਦਲਾਪਨ ਹੋਣਾ ਡਿਮੈਂਸ਼ੀਆ ਕੀ ਹੁੰਦਾ ਇਟ ਇਜ਼ ਅ ਕ੍ਰੋਨਿਕ ਬ੍ਰੇਨ ਡਿਸਆਰਡਰ ਇਹ ਬ੍ਰੇਨ ਦਾ ਡਿਸਆਰਡਰ ਹੈਗਾ ਕੌਸਟ ਬਾਈ ਬ੍ਰੇਨ ਇੰਜਰੀ ਬ੍ਰੇਨ ਇੰਜਰੀ ਦੁਆਰਾ ਇਹ ਕੌਜ਼ ਕੀਤਾ ਜਾਂਦਾ ਔਰ ਕਿਸੇ ਵੀ ਡਿਸੀਜ਼ ਕਰਕੇ ਠੀਕ ਹੈ ਕੈਰੇਕਟਰਾਇਜ਼ਡ ਬਾਈ ਫੋਰਗੇਟਫੁਲਨੈਸ ਫੋਰਗੇਟਫੁਲਨੈਸ ਦਾ ਮਤਲਬ ਹੁੰਦਾ ਕਿ ਕੋਈ ਚੀਜ਼ ਭੁੱਲਣੀ ਡਾਈਮੈਂਸ਼ਨ ਦਾ ਵੈਸੇ ਮਤਲਬ ਹੁੰਦਾ ਕਿ ਮੈਮਰੀ ਲਾਸ ਹੋ ਜਾਣੀ ਜੇ ਇਹ 60 ਤੋਂ ਅਬਵ ਪੀਪਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਸੋ ਜਿਹੜੇ ਬੁੱਢੇ ਹੋ ਕੇ 올ਡ एज ਪਰਸਨਸ ਹੁੰਦੇ ਆ ਭੁੱਲਣਾ ਸ਼ੁਰੂ ਕਰ ਦਿੰਦੇ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੋ ਉਹਨੂੰ ਕਹਿੰਦੇ ਡਾਈਮੈਂਸ਼ੀ ਇਸ ਦੇ ਵਿੱਚ ਫੋਰਗਟਫੁਲਨੈਸ ਮਤਲਬ ਕਿ ਭੁੱਲਣਾ ਹੁੰਦਾ ਡਿਕਲਾਈਨ ਮੈਂਟਲ ਅਬਿਲਿਟੀ ਉਹਨਾਂ ਦੀ ਮੈਂਟਲ ਅਬਿਲਿਟੀ ਘਟ ਜਾਂਦੀ ਹੈ ਠੀਕ ਹੈ ਡਿਲੀਰੀਅਮ ਆਲਸੋ ਨੋਨ ਐਸ ਆਰਗੈਨਿਕ ਸਿੰਡਰਮ ਇਹਨੂੰ ਆਰਗੈਨਿਕ ਸਿੰਡਰਮ ਵੀ ਕਹਿੰਦੇ ਆ ਠੀਕ ਆ ਇਟ ਇਜ਼ ਆਲਸੋ ਨੋਨ ਐਸ ਕ੍ਰੋਨਿਕ ਬ੍ਰੇਨ ਸਿੰਡਰਮ ਡਿਮੈਂਸ਼ੀਆ ਨੂੰ ਕ੍ਰੋਨਿਕ ਬ੍ਰੇਨ ਸਿੰਡਰਮ ਕਹਿੰਦੇ ਆ ਇਟ ਇਜ਼ ਅ ਰਿਵਰਸੀਬਲ ਡਿਸਆਰਡਰ ਇਹ ਰਿਵਰਸੀਬਲ ਡਿਸਆਰਡਰ ਹੈਗਾ ਇੱਕ ਵਾਰੀ ਹੋ ਕੇ ਦੁਬਾਰਾ ਫੇਰ ਹੋ ਜਾਂਦਾ ਸੋ ਜੋ ਡਿਮੈਂਸ਼ੀਆ ਹੈਗਾ ਇਹ ਇਰਰਿਵਰਸੀਬਲ ਹੈਗਾ ਡਿਲੀਰੀਅਮ ਦੇ ਵਿੱਚ ਅਲਿਊਜ਼ਨ ਇਜ਼ ਪ੍ਰੈਜ਼ੈਂਟ ਆਪਾਂ ਪਿਛਲੀ ਵੀਡੀਓ ਦੇ ਵਿੱਚ ਅਲਿਊਜ਼ਨ ਕੀਤਾ ਸੀ ਜਿਸ ਦਾ ਮਤਲਬ ਕੀ ਸੀ ਕਿ ਭੁਲੇਖੇ ਪੈਣ ਇਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਡਿਮੈਂਸ਼ੀਆ ਦੇ ਵਿੱਚ ਐਬਸੈਂਟ ਹੁੰਦੇ ਆ ਇਸ ਦੇ ਵਿੱਚ ਡਿਲੀਊਜ਼ਨਸ ਆਰ ਕਾਮਨ ਡਿਲੀਊਜ਼ਨ ਮਤਲਬ ਕਿ ਗਲਤ ਬਿਲੀਫਸ ਠੀਕ ਆ ਉਹ ਕਾਮਨ ਹੁੰਦੇ ਆ ਇਸ ਦੇ ਵਿੱਚ ਰੇਅਰ ਹੁੰਦੇ ਆ ਟ੍ਰੈਮਰਸ ਆਰ ਪ੍ਰੈਜ਼ੈਂਟ ਟ੍ਰੈਮਰ ਮਤਲਬ ਕਿ ਦੌਰੇ ਪੈਣ ਇਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਡਿਮੈਂਸ਼ੀਆ ਦੇ ਵਿੱਚ ਐਬਸੈਂਟ ਹੁੰਦੇ ਆ ਡਿਸਟਰਬੈਂਸ ਆਫ ਓਰੀਐਂਟੇਸ਼ਨ ਠੀਕ ਹੈ ਇਸ ਦੇ ਡੇਲੀਰੀਅਮ ਦੇ ਵਿੱਚ ਆਪਾਂ ਪਰਸਨ ਨੂੰ ਪੁੱਛਦੇ ਹਾਂ ਕਿ ਹੈਲੋ ਤੁਸੀਂ ਕੌਣ ਹੋ ਹਨ ਤਾਂ ਉਹਦੀ ਕ cognition ਜਿਹੜੀ ਹੈਗੀ ਕੌਨਸ਼ੀਅਸਨੈਸ ਹੈਗੀ ਡਿਸਟਰਬੈਂਸ ਹੈਗੀ ਉਹਨੂੰ ਕੁਝ ਪਤਾ ਹੀ ਨਹੀਂ ਹੋਊਗਾ ਓਰੀਐਂਟੇਸ਼ਨ ਮਤਲਬ ਕਿ ਆਪ ਦੇ ਬਾਰੇ ਦੱਸਣ ਦੇ ਵਿੱਚ ਉਹ ਡਿਸਟਰਬਡ ਹੋਊਗਾ ਡਿਮੈਂਸ਼ੀਆ ਦੇ ਵਿੱਚ ਨੋ ਡਿਸਟਰਬਰਬਸ਼ਨ ਆਫ ਓਰੀਐਂਟੇਸ਼ਨ ਇਸ ਦੇ ਵਿੱਚ ਪਰਸਨ ਨੂੰ ਓਰੀਐਂਟੇਸ਼ਨ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਊਗੀ ਸੋ ਫਰੈਂਡਸ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ Thank you for watching my video. Thank you.